ਪੰਜਾਬੀ 뮤직 ਇੰਡਸਟਰੀ ਦੇ ਮਹਾਨ ਕਲਾਕਾਰ ਗੁਰਦਾਸ ਮਾਨ ਦਾ ਬੇਟਾ ਗੁਰਇੱਕ ਮਾਨ ਤੇ ਸਾਬਕਾ ਫੈਮਿਨਾ ਮਿਸ ਇੰਡੀਆ ਅਤੇ ਭਾਰਤੀ ਮਾਡਲ ਤੇ ਬਾਲੀਵੁੱਡ ਅਦਾਕਾਰ ਸਿਮਰਨ ਕੌਰ ਮੁੰਡੀ ਵਿਆਹ ਦੇ ਬੰਧਨ ਵਿੱਚ ਬੰਧ ਗਏ ਹਨ। ਗੁਰਦੁਆਰਾ ਸ਼੍ਰੀ ਸਿੰਘ ਸਭਾ ਪਟਿਆਲਾ ਵਿਖੇ ਦੋਹਾਂ ਦੇ ਆਨੰਦ ਕਾਰਜ ਦੀ ਰਸਮ ਹੋਈ। ਮਿਲੀ ਜਾਣਕਾਰੀ ਮੁਤਾਬਕ ਗੁਰਦਾਸ ਮਾਨ ਦਾ ਇਕਲੌਤਾ ਬੇਟਾ ਗੁਰਇੱਕ ਮਾਨ ਤੇ ਸਿਮਰਨ ਕੌਰ ਮੁੰਡੀ ਪਿਛਲੇ ਕੁਝ ਸਾਲਾਂ ਤੋਂ ਇੱਕ ਦੂਜੇ ਨਾਲ ਰਿਲੇਸ਼ਨ ਵਿੱਚ ਸਨ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਅੱਜ ਬਹੁਤ ਵੱਡਾ ਦਿਨ ਹੈ ਮੇਰੇ ਲਈ, ਖਾਸ ਕਰ ਬਿਕੋਜ਼ ਮੇਰੀ ਇਸ ਫੈਮਿਲੀ ਨਾਲ ਬਹੁਤ ਹੀ ਪੁਰਾਣੀ ਰਿਲੇਸ਼ਨ ਹੈਗੇ। ਪਿਛਲੇ 35 ਸਾਲ ਤੋਂ ਅਸੀਂ ਇੱਕ ਦੂਜੇ ਦੇ ਨਾਲ ਹੀ ਜਿਵੇਂ ਯੂਨੋ ਜਸਟ ਲਾਈਕ ਫੈਮਿਲੀ, ਅਤੇ ਮੈਂ ਬਹੁਤ ਖੁਸ਼ ਹਾਂ 21 ਲਈ, ਸਿਮਰਨ ਲਈ, ਐਂਡ ਬਹੁਤ ਬਹੁਤ ਮੇਰੇ ਦਿਲੋਂ ਮੈਂ ਇੱਥੇ ਆਈ ਹਾਂ ਗੁਰਦਾਸ ਜੀ ਅਤੇ ਮਨਜੀਤ ਜੀ ਦੇ ਨਾਲ ਇਸ ਖੁਸ਼ੀ ਵਿੱਚ ਸ਼ਾਮਿਲ ਹੋਣ ਲਈ। ਬਹੁਤ ਬਹੁਤ ਵਧਾਈਆਂ, ਕਿਉਂਕਿ ਗੁਰਇੱਕ ਕੋ ਤਾਂ ਮੈਨੇ ਇਤਨਾ ਛੋਟਾ ਸਾ ਦੇਖਾ ਹੈ, ਮੈਨੂੰ 7-8 ਸਾਲ ਕਾ ਥਾ ਤਬ ਸੇ ਹਮਾਰੀ ਔਰ ਮਾਨ ਸਾਹਿਬ ਔਰ ਮਨਜੀਤ ਕੀ ਦੋਸਤੀ ਹੈ, ਔਰ ਉਸ ਬਹੁਤ ਬਹੁਤ ਵਧਾਈ ਦੇਤਾ ਹੂੰ ਉਸਕੋ ਔਰ ਵਿਸ਼ ਕਰਤਾ ਹੂੰ ਕਿ ਹਮੇਸ਼ਾ ਖੁਸ਼। ਬਾਲੀਵੁੱਡ ਮੈਂ ਤਾਂ ਮੈਨੇ ਕਰੀਬ 300 ਫਿਲਮੇ ਕਰ ਲਈ ਹੈ ਔਰ ਪੰਜਾਬੀ ਵੀ ਕਰ ਰਹਾ ਹੂੰ, ਅਭੀ ਮੇਰੀ ਫਿਲਮ ਆ ਰਹੀ ਤੇਰੀ ਮੇਰੀ ਗੱਲ ਬਣ ਗਈ, ਉਸ ਤੋਂ ਪਹਿਲਾਂ ਮੈਨੇ ਕੀਤੀ ਸੀ ਆਪਣਾ ਜਿਹਨੇ ਮੇਰਾ ਦਿਲ ਲੁੱਟਿਆ, ਅਤੇ ਇੱਕ ਜਿਮੀ ਦੇ ਨਾਲ ਇੱਕ ਫਿਲਮ ਕੀਤੀ ਸੀ, ਹੁਣ ਇਹ ਫਿਲਮ ਕਰ ਰਿਹਾ, ਮਾਰਚ ਨੂੰ ਰਿਲੀਜ਼ ਹੈ ਵੇਖੋ। ਹਾਂਜੀ, ਅੱਜ ਗੁਰਦਾਸ ਮਾਨ ਜੀ ਦੇ ਬੇਟੇ ਗੁਰਇੱਕ ਮਾਨ ਜੀ ਦਾ ਵਿਆਹ ਹੈ, ਮੈਂ ਉਹਦੇ ਸ਼ਾਮਿਲ ਵੀ ਹੋਏ ਹਾਂ, ਸਾਡੇ ਗਿੱਦੜਬਾਤ ਹੋਏ ਹੈ, ਪਰਿਵਾਰਕ ਸੰਬੰਧ ਨੇ, ਅਤੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਇਸ ਮੌਕੇ 'ਤੇ। ਪਰਮਾਤਮਾ ਇਸ ਜੋੜੀ ਨੂੰ ਸਦਾ ਸਲਾਮਤ ਰੱਖੇ, ਚੜ੍ਹਦੀ ਕਲਾ ਬਖਸ਼ੇ।